हां जी स्टूडेंट यूनिट नंबर 3 ਦੇ ਵਿੱਚ ਅਸੀਂ ਆ ਗਏ ਪਹਿਲਾਂ ਅਸੀਂ ਪਹਿਲੀਆਂ ਦੋ ਯੂਨਿਟਾਂ ਕੀਤੀਆਂ ਨੇ ਪੰਜ ਲੈਸਨਸ ਕੀਤੇ ਨੇ ਹੁਣ ਅਸੀਂ ਲੈਸਨ ਨੰਬਰ 6 ਸ਼ੁਰੂ ਕਰ ਜਾ ਰਹੇ ਹਾਂ ਸੁਤੰਤਰਤਾ ਦੀ ਧਾਰਨਾ ਕਨਸੈਪਟ ਆਫ ਲਿਬਰਟੀ ਕੀ ਹੈ ਜਿਨ੍ਹਾਂ ਨੇ ਪਹਿਲਾਂ ਲੈਸਨ ਨਹੀਂ ਦੇਖੇ ਪੰਜ ਪਲੀਸ ਉਹਨਾਂ ਨੂੰ ਦੇਖੋ ਜਾ ਕੇ ਬਹੁਤ ਇੰਪੋਰਟੈਂਟ ਲੈਸਨ ਨੂੰ ਮੈਂ ਇੰਪੋਰਟੈਂਟ ਕੁਸ਼ਚਨ ਵੀ ਦੱਸਿਆ ਤੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਆ ਤਾਂ ਇਸ ਦੇ ਨਾਲ ਆਪਾਂ ਹਿਸਟਰੀ ਦਾ ਵੀ ਸਾਰਾ ਕੁਝ ਕਰਾ ਰਹੇ ਹਾਂ ਤੇ ਨਾ ਪੰਜਾਬੀ ਇੰਗਲਿਸ਼ ਦਾ ਵੀ ਤੁਹਾਡੀ ਡੇਟ ਸ਼ੀਟ ਕੀ ਆ ਮੈਨੂੰ ਕਮੈਂਟ ਬਾਕਸ ਦੱਸਿਓ ਬਈ ਡੇਟ ਸ਼ੀਟ ਅਨੁਸਾਰ ਤੁਹਾਡੀ ਤਿਆਰੀ ਕਰਾਉਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਅੱਗੇ ਅੱਗੇ ਸੰਤੰਤਰਤਾ ਤੋਂ ਕੀ ਭਾਵ ਹੈ ਕੁਐਸਚਨ ਨੰਬਰ ਪਹਿਲਾ ਵਾਟ ਡੂ ਯੂ ਮੀਨ ਬਾਈ ਦੀ ਲਿਬਰਟੀ ਕਿਸਮਾ ਤੇ ਦੀ ਚਰਚਾ ਇਹ ਇੰਨਾ ਕੁਐਸਚਨ ਜਿਹੜਾ ਤੁਹਾਨੂੰ ਲੌਂਗ ਚ ਆਏਗਾ ਸ਼ਾਰਟ ਚ ਵੀ ਪੁੱਛਿਆ ਜਾ ਸਕਦਾ ਸੰਤੰਤਰਤਾ ਕੀ ਹੈ ਤੁਹਾਨੂੰ ਸੰਤੰਤਰਤਾ ਦੀ ਅਸੀਂ ਜਿਹੜੀ ਪਹਿਲੀ ਪਰਿਭਾਸ਼ਾ ਤੁਹਾਨੂੰ ਪੜਾਉਣ ਦੀ ਕੋਸ਼ਿਸ਼ ਕਰੂੰਗਾ ਮੰਟਸਕਿਊ ਦੇ ਅਨੁਸਾਰ ਵੀ ਜਿਹੜੀ ਸੰਤੰਤਰਤਾ ਦਾ ਨੂੰ ਛੱਡ ਕੇ ਕਿਸੇ ਹੋਰ ਸ਼ਬਦ ਦੇ ਮਨੁੱਖ ਦੇ ਦਿਮਾਗ 'ਤੇ ਡੂੰਘਾ ਪ੍ਰਭਾਵ ਨਹੀਂ ਪਾਇਆ ਸੁਤੰਤਤਾ ਮਨੁੱਖ ਦੀ ਵਿਅਕਤੀਤਵ ਦੇ ਵਿਕਾਸ ਲਈ ਜ਼ਰੂਰੀ ਹੈ ਹੁਣ ਇਹਦਾ ਅਰਥ ਕੀ ਹੈ ਸੁਤੰਤਤਾ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਬਰਟੀ ਕਹਿੰਦੇ ਨੇ ਲਿਬਰਟੀ ਸ਼ਬਦ ਲਾਟਿਨ ਭਾਸ਼ਾ ਦਾ ਬਾ ਲਿਬਰ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਪੂਰਨ ਸੁਤੰਤਰਤਾ ਇਹਦਾ ਅਸਲੀ ਪੈਰਾਗ੍ਰਾਫ ਉੱਪਰ ਆਏਗਾ ਵਿਦਾਰਥੀ ਕੀ ਹੈ ਤੇ ਕਿੱਥੋਂ ਨਿਕਲਿਆ ਠੀਕ ਹੈ ਤੇ ਦੇ ਵੱਖ-ਵੱਖ ਪ੍ਰਕਾਰ ਕਿੰਨੇ ਨੇ ਸੁਤੰਤਰਤਾ ਦਾ ਨਕਾਰਾਤਮਕ ਰੂਪ 네ਗੇਟਿਵ 네ਗੇਟਿਵ ਸੈਪਟ ਆਫ ਲਿਬਰਟੀ ਤੇ ਸੰਤਾਨਤਰਤਾ ਦਾ ਸਕਾਰਾਤਮਕ ਠੀਕ ਹੈ ਸਪੈਕਟ ਕੀ ਹੈ ਸੰਤਾਨਤਰ ਦਾ ਨਕਾਰਾਤਮਕ ਪ੍ਰਭਾਵ ਜਾਂ ਸਰੂਪ ਉਸ ਦਾ ਸਕਾਰਾਤਮਕ ਹੁਣ ਇਹਦੀਆਂ ਪਰਿਭਾਸ਼ਾਵਾਂ ਆ ਗਈਆਂ ਇਹਦੇ ਵਿੱਚੋਂ ਕੋਈ ਦੋ ਪਰਿਭਾਸ਼ਾਵਾਂ ਯਾਦ ਕਰਕੇ ਤੁਸੀਂ ਉੱਤੇ ਲਿਖਣੀਆਂ ਨੇ ਇੱਥੇ ਮੈਂ ਤੁਹਾਨੂੰ ਅਟੈਂਪਟ ਕਰਨਾ ਵੀ ਦੱਸ ਰਿਹਾ ਵੀ ਪ੍ਰਸ਼ਨ ਕਿੱਦਾਂ ਅਟੈਂਪਟ ਕਰਨਾ ਤੁਸੀਂ ਇਦਾਂ ਨਹੀਂ ਕਿਦਾ ਗਾਈਡ ਤੇ ਐਗਜ਼ਾਮੀਨੇਸ਼ਨ ਮਾਸਟਰ 'ਚ ਲਿਖਿਆ ਉਦਾਂ ਲਿਖਣਾ ਨਹੀਂ ਇਹ ਬਿਲਕੁਲ ਸਹੀ ਨਹੀਂ ਆਏਗਾ ਉੱਪਰ ਤੁਸੀਂ 77 ਦੇ ਦੋ ਲਾਈਨਾਂ ਲਿਖਣ ਤੋਂ ਬਾਅਦ ਤੁਸੀਂ ਇਹਦਾ ਅਰਥ ਲਿਖਣਾ ਤੇ ਕਿੱਥੋਂ ਆਇਆ ਇਹ ਲਿਖਣਾ ਦੈਨ ਉਸ ਤੋਂ ਬਾਅਦ ਤੁਸੀਂ ਜਿਹੜੇ ਇਹਦੇ ਸਰੂਪ ਲਿਖਣ ਤੋਂ ਪਹਿਲਾਂ ਸਰੂਪ ਬਾਅਦ ਚ ਲਿਖਣੀ ਹੈ ਪਹਿਲਾਂ ਤੁਸੀਂ ਕੀ ਲਿਖਣਾ ਦੋ ਪਰਿਭਾਸ਼ਾਂ ਲਿਖਣੀਆਂ ਜਿਵੇਂ ਗੈਲਟੇਲ ਅਨੁਸਾਰਾਂ ਜਾਂ ਸੀਲੇ ਮਕੀਨੀ ਪ੍ਰੋਫੈਸਰ ਲਾਸਕੀ ਇਹਨਾਂ ਵਿੱਚੋਂ ਕੋਈ ਵੀ ਯਾਦ ਕਰ ਲਓ ਠੀਕ ਹੈ ਉਹਨਾਂ ਦੇ ਵਿੱਚੋਂ ਤੁਸੀਂ ਲਿਖਣੇ ਨੇ ਅੱਗੇ ਆ ਗਿਆ ਸਾਡੇ ਕੋਲ ਇਹਦੀ ਵੱਖ-ਵੱਖ ਪ੍ਰਿਵਹਾ ਸ਼ਮਾਂ ਤੋਂ ਬਾਅਦ ਇਹਦੀ ਵਿਸ਼ੇਸ਼ਤਾਵਾਂ ਕੀ ਨੇ ਸ਼ਾਰਟ ਲਿਖਤੀਆਂ ਹੁਣ ਇਹਦੇ ਕਾਈਂਡਸ ਆਫ ਲੇਬਰਟੀ ਸੁਤੰਤਰ ਦੀਆਂ ਕਿਸਮਾਂ ਠੀਕ ਹੈ ਯਾਦ ਕਰ ਲਿਓ ਭਾਈ ਤੱਕ ਸਾਡਾ ਸਿਰਫ ਇੱਕ ਕੁਐਸਚਨ ਹੀ ਚੱਲ ਰਿਹਾ ਵਾ ਲੈਸਨ ਨੰਬਰ 6 ਦੇ ਵਿੱਚ ਠੀਕ ਹੈ ਲੋਕਤਾਂਤਰ ਦੀ ਸਥਾਪਨਾ ਕਿਵੇਂ ਹੋਈ ਮੌਲਿਕ ਅਧਿਕਾਰ ਕਈ ਵਾਰ ਜ਼ਰੂਰੀ ਨਹੀਂ ਕਿ ਇੱਕ ਕੁਐਸਚਨ ਬਣਿਆ ਤੇ 21 ਚੋਂ ਆਏਗਾ ਇਹਦੇ ਜਿਹੜੇ ਸਬ ਪੁਆਇੰਟ ਨੇ ਜਿਵੇਂ ਆ ਗਏ ਨਾ ਸੁਤੰਤਰਤਾ ਦੇ ਰੱਖਿਆ ਦੇ ਉਪਾ ਇਹਦੇ ਵਿੱਚੋਂ ਇਕੱਲਾ ਇਹ ਵੀ ਪੁੱਛਿਆ ਜਾ ਸਕਦਾ ਫਿਰ ਤੁਸੀਂ ਸੁਤੰਤਰਤਾ ਦੀ ਪਰਿਭਾਸ਼ਾ ਪਹਿਲਾਂ ਲਿਖਣੀ ਆ ਸੁਤੰਤਰਤਾ ਵਾਲੇ ਲੈਸਨ ਵਿੱਚੋਂ ਕੋਈ ਵੀ ਕੁਐਸਚਨ ਆਵੇ ਪਹਿਲਾਂ ਸੁਤੰਤਰਤਾ ਦੀ ਪਰਿਭਾਸ਼ਾ ਦੇ ਇੱਕ ਪੈਰਾਗ੍ਰਾਫ ਫਿਰ ਉਹਦੇ ਕਿੱਥੋਂ ਸ਼ਬਦ ਨਿਕਲੇ ਉਹਦਾ ਅਰਥ ਤੇ ਉਸ ਤੋਂ ਬਾਅਦ ਦੋ ਤਿੰਨ ਜਿਹੜੇ ਪ੍ਰੋਫੈਸਰ ਹੋਏ ਨੇ ਜਾਂ ਜਿਹੜੀਆਂ ਵਿਸ਼ੇਸ਼ਤਾਵਾਂ ਦੇਣ ਵਾਲੇ ਲੇਖਕ ਨੇ ਵਿਸ਼ੇਸ਼ ਅਗਿਆਨੇ ਉਹਨਾਂ ਦੀਆਂ ਪਰਿਭਾਸ਼ਾਵਾਂ ਲਿਖਣੀਆਂ ਹਨ ਠੀਕ ਹੈ ਬਾਕੀ ਮੇਰੇ ਲਈ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਦੇਖੋ ਦੇਖਦੇ ਹਜ਼ਾਰਾਂ ਲੋਕ ਆ ਲੇਕਿਨ ਕਮੈਂਟ ਸਿਰਫ 10 ਹੁੰਦੇ ਆ ਤਾਂ ਹਰ ਇੱਕ ਬੱਚਾ ਕਮੈਂਟ ਕਰੇ ਜੇ ਕਮੈਂਟ ਨਹੀਂ ਵੀ ਕਰਨਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜੋ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰੇ ਤਾਂ ਕਮੈਂਟ ਵਿੱਚ ਇੱਕ ਥੋੜਾ ਦਿਲ ਭੇਜ ਦੋ ਰੈੱਡ ਕਲਰ ਦਾ ਦਿਲ ਭੇਜਿਆ ਕਰੋ ਜੇ ਤੁਸੀਂ ਕੋਈ ਕਮੈਂਟ ਨਹੀਂ ਕਰਨਾ ਮੇਰੀ ਸਟੱਡੀ ਰਿਲੇਟਡ ਕੋਈ ਕਮੈਂਟ ਕਰਨਾ ਤਾਂ ਪਲੀਜ਼ ਕਮੈਂਟ ਕਰੋ ਤਾਂ ਜੋ ਮੈਨੂੰ ਐਪਰੀਸ਼ੀਏਟ ਹੋਵਾ ਮੈਂ ਮੈਂ ਹੋਰ ਵੀ ਵਧੀਆ ਤੁਹਾਡੇ ਵੱਸੇ ਲੈਕਚਰ ਕਿਉਂਕਿ ਅੱਗੇ ਤੁਸੀਂ ਅਗਲੇ ਜਿਹੜੀ ਕਲਾਸ ਦੇ ਵਿੱਚ ਜਾਣਾ ਤੇ ਫਿਰ ਮੈਂ ਉਹਨਾਂ ਦੀ ਸਾਰੀ ਤਿਆਰੀ ਵੀ ਕਰਾਉਣੀ ਆ ਉਹ ਕਿੱਦਾਂ ਹੋएगी ਤੁਹਾਡੇ ਸਪੋਰਟ ਦੇ ਨਾਲ ਹੋਏਗੀ ਜਿਨ੍ਹਾਂ ਨੂੰ ਇਹ ਪੀਡੀਐਫ ਫਾਈਲ ਚਾਹੀਦੀ ਹੈ ਨਾ ਪੀਡੀਐਫ ਫਾਈਲ ਮੈਂ ਪ੍ਰੋਵਾਈਡ ਕਰੂੰਗਾ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਸਾੜਾ ਇੱਥੇ ਕੰਪਲੀਟ ਹੋ ਗਿਆ ਲੈਸਨ ਨੰਬਰ 6 ਯੂਨਿਟ ਨੰਬਰ 10 ਸੁਤੰਤਰਤਾ ਦੀ ਧਾਰਨਾ ਕਨਸੈਪਟ ਆਫ ਲਿਬਰਟੀ ਇਹ ਚ ਸਿਰਫ ਇੱਕ ਕੁਐਸਚਨ ਆ ਸੁਤੰਤਰਤਾ ਤੋਂ ਕੀ ਪਾਵੇ ਕੱਲਾ ਇੰਨਾ ਵੀ ਆ ਸਕਦਾ ਸੁਤੰਤਰਤਾ ਦੀ ਕਿਸਮਾਤੀ ਇਸ ਦੀ ਸੁਰੱਖਿਆ ਇਹ ਵੀ ਇੰਪੋਰਟੈਂਟ ਆ ਠੀਕ ਹੈ ਤੇ ਹੁਣ ਮਿਲਾਂਗੇ ਸੈਕਿੰਡ ਵੀਡੀਓ ਦੇ ਵਿੱਚ ਲੈਸਨ ਨੰਬਰ 7 ਦੇ ਵਿੱਚ ਵੀਡੀਓ ਨੰਬਰ 3 ਚੱਲ ਰਹੀ ਹੈ ਸਾਡੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਨਵੇਂ ਵੀਡੀਓ ਚ ਧੰਨਵਾਦ